ਗੁੱਡ ਮਾਰਨਿੰਗ ਸਟੂਡੈਂਟ ਅੱਜ ਅਸੀਂ ਕਰਾਂਗੇ ਲੈਸਨ ਨੰਬਰ 5 ਸਾਡੇ ਲੈਸਨ ਦਾ ਨਾਮ ਹੈ ਬੁੱਲੇ ਸ਼ਾ ਤੇ ਕਾਫੀ ਇਹ ਉਹਨਾਂ ਦੀ ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ ਤੇ ਬੇਟਾ ਪੜਨਾ ਸਟਾਰਟ ਕਰ ਦਿੰਨੇ ਆ ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ ਨਿਤ ਪੜਦੇ ਇਸਤਗਰਾਫ ਕੈਸੀ ਤੋਬਾ ਹੈ ਸਾਮੀ ਦੇ ਕੇ ਲਹੂ ਸਵਾਈ ਲਹੂ ਸਵਾਈ ਡਿਊਟੀਆਂ ਤੇ ਸਾਜੀ ਲਾਈ ਇਹ ਮੁਸਲਮਾਨੀ ਕਿੱਥੋਂ ਪਾਈ ਇਹ ਤੁਹਾਡੀ ਕਿਰਦਾਰ ਕੈਸੀ ਤੋਬਾ ਹੈ ਜਿੱਥੇ ਨਾ ਜਾਣਾ ਉੱਥੇ ਜਾਵੇਂ ਹੱਕ ਬਗਾਨਾ ਮੁੱਕਰ ਖਾਵੇਂ ਕੂੜ ਕਿਤਾਬਾਂ ਧਿਰ ਕੇ ਚਾਏ ਇਹ ਤੇਰਾ ਇਤਬਾਰ ਕੈਸੀ ਤੋਬਾ ਹੈ ਤੇ ਬੇਟਾ ਜੀ ਇਹਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾਂ ਹੀ ਪ੍ਰਸੰਗ ਲਿਖਣਾ ਹੁੰਦਾ ਹੈ ਪ੍ਰਸੰਗ ਲਿਖਾਂਗੇ ਕਿ ਇਹ ਕਵੀ ਟੋਟਾ ਮੱਧਕਲੀਨ ਪੰਜਾਬੀ ਕਾਇ ਪੁਸਤਕ ਵਿੱਚ ਦਰਜ ਪੁੱਲੇ ਸ਼ਾਦੀ ਰਚੀ ਕਾਫੀ ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ ਵਿੱਚੋਂ ਲਿਆ ਗਿਆ ਹੈ ਇਸ ਕਾਫੀ ਵਿੱਚ ਬੁੱਲੇ ਸ਼ਾਹ ਨੇ ਮਜ਼ਹਬ ਅਨੁਸਾਰ ਕੀਤੀ ਜਾਣ ਵਾਲੀ ਤੋਬਾ ਤੇ ਪਖੰਡ ਤੇ ਝੋਟ ਕੀਤੀ ਹੈ ਤੇ ਰੱਬ ਦੀ ਪ੍ਰਾਪਤੀ ਲਈ ਮੁਰਸ਼ਦ ਦੀ ਮਹਾਨਤਾਂ ਦੱਸਿਆ ਹੈ ਮੁਰਸ਼ਿਦ ਮਤਲਬ ਗੁਰੂ ਦੀ ਮਹਾਨਤਾ ਨੂੰ ਦੱਸਿਆ ਹੈ ਇਨ੍ਹਾਂ ਸਤਰਾਂ ਦਾ ਮੁੱਖ ਵਿਸ਼ਾ ਆਪਣੇ ਪਿਛਲੇ ਗੁਨਾਹਾਂ ਤੋਂ ਕੀਤੀ ਤੋਬਾ ਹੈ ਮਤਲਬ ਇੰਦੇ ਵਿੱਚ ਬੁੱਲੇ ਸ਼ਾਹ ਨੇ ਦੱਸਿਆ ਹੈ ਕਿ ਅਹੀਂ ਜਿਸਾ ਕੋਈ ਮਜਬ ਹੈ ਕਿ ਅਹੀਂ ਕਹਿੰਦੇ ਹਈ ਤੋਬਾ ਕੀਤੀ ਹੈ ਮਤਲਬ ਕਿ ਅਹੀਂ ਪਿਛਲੇ ਗੁਨਾਹਾਂ ਤੋਂ ਅਹੀਂ ਤੋਬਾ ਕਰ ਲਏ ਤੇ ਅੱਗੇ ਨਹੀਂ ਕਰਾਂਗੇ ਠੀਕ ਹੈ ਤੇ ਇਹ ਸਾਰੀਆਂ ਗੱਲਾਂ ਨੂੰ ਉਹਨਾਂ ਨੇ ਕੀ ਕਿਹਾ ਪਖੰਡ ਕਿ ਇਨਸਾਨ ਜੇਕਰ ਤੁਸੀਂ ਮੰਨ ਤੋਂ ਤੋਬਾ ਨਹੀਂ ਕਰਦੇ ਗੁਨਾਹਾਂ ਦੀ ਤੇ ਫਿਰ ਤੁਹਾਡੀ ਇਹ ਤੋਬਾ ਕੀਤੀ ਕੋਈ ਮਤਲਬ ਫਲ ਵਾਲੀ ਨਹੀਂ ਹੋਏਗੀ ਤੇ ਵਿਆਖਿਆ ਵਿੱਚ ਕਵਾਂਗੇ ਬੁੱਲੇਸ਼ਾ ਕਹਿੰਦੇ ਹੈ ਕਿ ਆਪਣੇ ਆਪ ਨੂੰ ਧਰਮਿਕ ਹੋਣ ਵਾਲੇ ਇਨਸਾਨ ਕਿ हे ਸਬੋਧਿਤ ਕਰਦੇ ਹੋਏ ਕਹਿੰਦੇ ਕਿ हे ਆਪਣੇ ਆਪ ਨੂੰ ਧਰਮਿਕ ਹੋਣ ਵਾਲੇ ਇਨਸਾਨ ਤੂੰ ਆਪਣੇ ਪਿਛਲੇ ਗੁਨਾਹਾਂ ਤੋਂ ਤੋਬਾ ਕਰਨ ਦਾ ਪਖੰਡ ਨਾ ਕਰ ਇਹ ਤੋਬਾ ਕਿਸ ਕੰਮ ਦੀ ਹੈ ਕਿ ਤੂੰ ਦੂਜਿਆਂ ਨੂੰ ਸਾਂਵੇਂ ਦੇ ਉਹਨਾਂ ਤੋਂ ਸਵਾਈ ਲੈਂਦਾ ਹੈ ਤੇ ਡਿਊਟੀ ਚੀਜ਼ ਡਿਊਟੀ ਚੀਜ਼ ਪ੍ਰਾਪਤ ਕਰਨ ਦੀ ਆਸਾ ਰੱਖਦਾ ਹੈ ਮਤਲਬ ਜਿਆਦਾ ਚੀਜ਼ ਪ੍ਰਾਪਤ ਕਰਨ ਦੀ ਆਸ ਰੱਖਦਾ ਹੈ ਇਹ ਧਰਮ ਤੂੰ ਕਿੱਥੋਂ ਪ੍ਰਾਪਤ ਕੀਤਾ ਹੈ ਇਹ ਤੇਰਾ ਕਿਹੋ ਜਿਹਾ ਕਿਰਦਾਰ ਹੈ ਭਾਵ ਇਹ ਤੇਰਾ ਕਿਹੋ ਜਿਹਾ ਆਲਮ ਅਮਲ ਹੈ ਸੌਰੀ ਅਮਲ ਹੈ ਕਿ ਤੈਨੂੰ ਸਰਾ ਜਾ ਤੈਨੂੰ ਤੈਨੂੰ ਸਰਾ ਜਾ ਤੈਨੂੰ ਧਰਮ ਜਿੱਥੇ ਜਾਣ ਤੋਂ ਰੋਕਦਾ ਹੈ ਉੱਥੇ ਤੂੰ ਜਾ ਕੇ ਪਰਾਈਆਂ ਦਾ ਹੱਕ ਖਾ ਕੇ ਮੁੱਕਰ ਜਾਂਦਾ ਹੈ ਤੇ ਤੂੰ ਦੂਜਿਆਂ ਅੱਗੇ ਸੱਚਾ ਹੋਣ ਨੂੰ ਕਈ ਕਿਤਾਬਾਂ ਸਿਰ ਤੇ ਚੁੱਕਿਆ ਰੱਖਦਾ ਹੈ ਤੇ ਝੂਠੀਆਂ ਕਸਮਾਂ ਖਾਂਦਾ ਹੈ ਤੇ ਤੇਰਾ ਇਹੋ ਜਿਹਾ ਕੀ ਹੀ ਇਤਬਾਰ ਹੈ ਕਹਿੰਦੇ ਕਿ ਤੇਰੀਆਂ ਅਜਹੀਆਂ ਅੰਬਲਾਂ ਕਰਕੇ ਤੇਰੀ ਤੋਬਾ ਇੱਕ ਪਖੰਡ ਤੇ ਮਜ਼ਾਕ ਬਣ ਰਹੀ ਹੈ ਕੈਨ ਦਾ ਭਾਵ ਹੈ ਕਿ ਜੇ ਇਨਸਾਨ ਆਪਣੇ ਮਨ ਤੋਂ ਗੁਨਾਹਾਂ ਦੀ ਮਾਫੀ ਨਹੀਂ ਮੰਨਦਾ ਮਤਲਬ ਇਹ ਨਹੀਂ ਕਿ ਇੱਕ ਵਾਰੀ ਗੁਨਾਹ ਆਹੀਂ ਕਹਤਾ ਕਿ ਯਹੀਂ ਗੁਨਾਹ ਦੀ ਤੋਬਾ ਕਰ ਲੇ ਤਾਂ ਹੁਣ ਨਹੀਂ ਪਾਪ ਨਹੀਂ ਕਰਨਾ ਜਿੰਨਾ ਚਿਰ ਤੁਹਾਡੇ ਅੰਦਰੋਂ ਇਹ ਨਸੋਲ ਅੰਤਰ ਆਤਮਾ ਤੁਹਾਨੂੰ ਇਹੋ ਜਿਹਾ ਕੰਮ ਕਰਾਂ ਤੇ ਮਜਬੂਰ ਨਹੀਂ ਕਰਦੀ ਉਹਨਾਂ ਤੱਕ ਤੁਸੀਂ ਕੁਝ ਨਹੀਂ ਕਰ ਸਕਦੇ ਸਭ ਤੋਂ ਪਹਿਲੀ ਗੱਲ ਇਹ ਕਿ ਬੇਟਾ ਆਪਣੇ ਮਨ ਨੂੰ ਮਜ਼ਬੂਤ ਬਣਾਣਾ ਆਪਣੇ ਮਨ ਨੂੰ ਇਹੋ ਜਿਹਾ ਬਣਾ ਲੈਣਾ ਕਿ ਕਿਸੇ ਦਾ ਹੱਕ ਨਹੀਂ ਲੈਣਾ ਕਿਸੇ ਨਾਲ ਬੁਰਾ ਨਹੀਂ ਕਰਨਾ ਇਹੇ ਤੋਂ ਕਿਹਦਾ ਫਜ਼ੂਲ ਕਿਹਦਾ ਲਾਭ ਨਹੀਂ ਉਠਾਣਾ ਇਹੋ ਜਿਹਾ ਹੀ ਮਨ ਵਿੱਚ ਰੱਖਾਂਗੇ ਤੁਹਾਨੂੰ ਰੱਬ ਵੀ ਜਿਹੜਾ ਮਿਲੇਗਾ ਤੁਹਾਡੇ ਰੱਬ ਵੀ ਜਿਹੜਾ ਸਾਡੇ ਕੰਮਾਂ ਵਿੱਚ ਬਰਕਤ ਪਾਏਗਾ ਠੀਕ ਹੈ ਅਗਲਾ ਹੈ ਮੂਹ ਤੋਬਾ ਦਿਲੋਂ ਨਾ ਕਰਦਾ ਨਾ ਹੀ ਖੋਫ ਖੁਦਾ ਦਾ ਤਰਦਾ ਇਸ ਤੋਬਾ ਦਾ ਇਸ ਤੋਬਾ થી ਤੋਬਾ ਕਰੀਏ ਤਾਂ ਬਖਸ਼ੇ ਗਫਾਰ ਕੈਸੀ ਤੋਬਾ ਹੈ ਬੁੱਲੇ ਸ਼ਾਦੀ ਸੁਣੋ ਹਿਦਾਇਤ ਹਿਕਾਇਤ ਹਾਕੀ ਹਾਕੀ ਪਕੜਿਆ ਹੋ ਜੂ ਹਦਾਇਤ ਮੇਰਾ ਮੁਰਸ਼ਿਦ ਸਾ ਇਨਾਇਤ ਉਹ ਲੰਗਾਵੇ ਪਾਰ ਕੈਸੀ ਤੋਬਾ ਹੈ ਕਹਿੰਦੇ ਕਿ ਜੇ ਤੂੰ ਮੂੰਹ ਮੂੰਹ ਤੂੰ ਕਹਿੰਦਾ ਮੈਂ ਕਿ ਮੈਂ ਤੋਬਾ ਕਰ ਲਈ ਹੈ ਤੋਬਾ ਕਰ ਲਈ ਹੈ ਮੈਂ ਗੁਨਾਹ ਨਹੀਂ ਕਰਨਾ ਜਿੰਨਾ ਚਿਰ ਤੂੰ ਦਿਲੋਂ ਨਹੀਂ ਨਾ ਕਰੇਗਾ ਤੇ ਤੇਰੇ ਦਿਲ ਵਿੱਚ ਪਰਮਾਤਮਾ ਦਾ ਖੋਪ ਨਹੀਂ ਨਾ ਹੋਏਗਾ ਉਹਨਾਂ ਚਿਰ ਤੇਰੀ ਕਿਸੇ ਵੀ ਕਿਸਮ ਦੀ ਤੋਬਾ ਜਿਹੜੀ ਹੈ ਕੋਈ ਮਾਇਨੇ ਨਹੀਂ ਰੱਖੇਗੀ ਤੇ ਇਸ ਤੋਂ ਬਨ ਜਿਹੜਾ ਰੱਬ ਵੀ ਬਖਸ਼ਿਆ ਮਨ ਨਹੀਂ ਕਰੇਗਾ ਕਬੂਲ ਨਹੀਂ ਕਰੇਗਾ ਫਿਰ ਬੁੱਲਾ शाह ਕਹਿੰਦਾ ਕਿ ਮੇਰੀ ਇੱਕੋ ਹੀ ਗੱਲ ਮੰਨੋ ਕਿ ਮੈਂ ਆਪਣੇ ਪਰਮੇਸ਼ਰ ਦਾ ਮੁਰਸ਼ਿਦ ਦਾ ਗੁਰੂ ਦਾ ਹੱਥ ਫੜਿਆ ਹੈ ਤੇ ਉਹੀ ਮੈਨੂੰ ਜਿਹੜਾ ਪਾਰ ਲਗਾਏਗਾ ਠੀਕ ਹੈ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੱਕੀ ਪਕੜਿਆ ਹੋਗੂ ਹਦਾਇਤ ਮਤਲਬ ਜੇ ਅਹੀਂ ਪ੍ਰਮਾਤਮਾ ਦਾ ਹੱਥ ਫੜਿਆ ਤੇ ਉਹ ਹਨ ਰਾ ਦੱਸੇਗਾ ਮੇਰਾ ਮੁਰਸ਼ਿਦ ਸ਼ਾਇਨਾਇਤ ਮੇਰਾ ਕੀ ਹੈ ਮੁਰਸ਼ਿਦ ਜਿਹੜਾ ਸ਼ਾਇਨਾਇਤ ਹੈ ਮੇਰਾ ਗੁਰੂ ਜਿਹੜਾ ਮੇਰਾ ਸ਼ਾਇਨਾਇਤ ਹੈ ਜਿੰਨੂੰ ਮੈਂ ਜਿਹਦਾ ਹੱਥ ਫੜਿਆ ਹੋਇਆ ਤੇ ਉਹ ਹੀ ਮੈਨੂੰ ਸਾਰੀਆਂ ਗੱਲਾਂ ਤੋਂ ਹਰੇ ਸੰਸਾਰ ਤੋਂ ਪਰਪਰ ਸਾਗਰ ਤੋਂ ਪਾਰ ਕਰੇਗਾ ਤੇ ਬੇਟਾ ਪ੍ਰਸੰਗਾ ਹੀ ਉਹੇ ਲਿਖਣਾ ਹੈ ਤੇ ਵਿਆਖਿਆ ਵਿੱਚ ਲਿਖਦੇ ਆ ਕਿ ਬੁੱਲੇ ਸ਼ਾ ਕਹਿੰਦਾ ਹੈ ਕਿ हे ਮਨੁੱਖ ਤੂੰ ਆਪਣੇ ਗੁਨਾਹਾਂ ਦੀ ਮਾਫੀ ਮੂੰਹੋਂ ਤਾਂ ਮੰਗ ਲੈਂਦਾ ਹੈ ਪਰ ਤੇਰਾ ਮਨ ਹੁਣ ਵੀ ਗੁਨਾਹ ਕਰਦਾ ਹੈ भाव तू दिलों बुरे काम तो तौबा नहीं करता तेन रब का दा कोई डर नहीं है जिह तौबा तू करता है अजही तौबा का त्याग कर देना चाहता है सच्ची गलता है कि गुरु ही चंगा राह दस वाला हूँ है उसदा लड़ के ही चंगे राह चलन की बुद्ध मिलती है इस करके ही मैं राशाह अनायत ਨੂੰ ਆਪਣਾ ਗੁਰੂ ਬਣਾ ਕੇ ਉਸ ਦਾ ਲੜਫੜਿਆ ਹੈ ਤੇ ਉਹ ਹੀ ਮੈਨੂੰ ਪਾਰ ਲੰਗਾਵੇਗਾ ਬੇਟਾ ਇਹਨਾਂ ਦੀਆਂ ਕਾਫੀਆਂ ਜਿਹੜੀਆਂ ਹਨ ਜ਼ਿਆਦਾਤਰ ਪਰਮੇਸ਼ਰ ਨਾਲ ਤੇ ਸੂਫੀ ਕਵ ਜਿਹੜੇ ਸਾਰੇ ਪਰਮਾਤਮਾ ਨਾਲ ਆਤਮਾ ਤੇ ਪਰਮਾਤਮਾ ਨਾਲ ਲਿੰਕੜਾ ਸਬੰਧ ਰੱਖਦੇ ਨੇ ਤੇ ਇਹਨਾਂ ਦੀਆਂ ਜਿਹੜੀਆਂ ਕਾਫੀਆਂ ਉਹਨਾਂ ਵਿੱਚ ਪ੍ਰਭੂ ਭਗਤੀ ਜ਼ਿਆਦਾ ਚਲਕਦੀ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਅਡੈਸਟ ਜਿਹੜੀ ਇਹਨਾਂ ਦੀ ਕਾਫੀ ਹੋਏਗੀ ਉਹ ਅਗਲੀ ਕਰਾਂਗੇ ਵੀਡੀਓ ਚ ਤਦ ਤੱਕ ਤੁਸੀਂ ਇਹਨੂੰ ਧਿਆਨ ਨਾ ਪਰੋ ਟੇਕ ਕੇਅਰ